ਅਸੀਂ ਆਗੇ ਚ ਹਾਂ ਸਾਡੇ ਭਾਈ ਦਿਲਬਾਗ ਸਿੰਘ ਜੀ ਸਰਪੰਚ ਤੁਸੀਂ ਵੀ ਕਲਾਕਾਰ ਰਹੇ ਹੋ ਪਰ ਸਾਡੇ ਆਪਣੇ ਰਾਈਟਰ ਬੰਦੇ ਕਿ ਮਿਰਜੇ ਨੂੰ ਇੱਕ ਮਿੰਟ ਸਾਡੇ ਹੁਣ ਤਾਂ ਬਾਈ ਮੱਖਣ ਬਰਾੜ ਸਾਹਿਬ ਵੈਸੇ ਲਾਈਵ ਚੱਲ ਰਿਹਾ ਕੋਈ ਨਹੀਂ ਉਹ ਕਹਿੰਦੇ ਵੀ ਮਿਰਜਾ ਉਹ ਗੁਰਲੇਜ ਅਖਤਰ ਨੇ ਮਿਰਜਾ ਗਾਇਆ ਸੀ ਹੈਨਾ ਕਹਿੰਦੇ ਮਿਰਜਾ ਇਹ ਮਿਰਜਾ ਇੱਦਾਂ ਨਹੀਂ ਵੀ ਆਪਣੇ ਮਾਮੇ ਦੀ ਕੁੜੀ ਨੂੰ ਕੱਢ ਲਏ ਉਹ ਗੱਲ ਨਹੀਂ ਇਹ ਪਰ ਕਲਾਕਾਰਾਂ ਦੀ ਪਰਖ ਦੇ ਲਈ ਮਿਰਜਾ ਇਹ ਤੋਂ ਕਲਾਕਾਰ ਪਰਖਿਆ ਜਾਂਦਾ ਵੀ ਇਹਦੀ ਛਾਤੀ 'ਚ ਦਮ ਹੈਗਾ ਗਾਉਣ ਯੋਗ ਹੈ ਕਿ ਨਹੀਂ ਹੋਰ ਮਿਰਜੇ ਨੇ ਕੋਈ ਬਾਹਲਾ ਵੱਡੇ ਕੰਮ ਨਹੀਂ ਕਰੇ ਸੀ ਤਾਂ ਕਰਕੇ ਕਿਉਂਕਿ ਮੱਖਣ ਬਰਾੜ ਸਾਹਿਬ ਨੇ ਵੀ ਮਿਰਜਾ ਆਪ ਵੀ ਲਿਖਿਆ ਸੀ ਉਹਨਾਂ ਨੇ ਗਿੱਲ ਹਰਦੀਪ ਬਾਈ ਨੇ ਗਾਇਆ ਸੀਗਾ ਬਹੁਤ ਸੋਹਣਾ ਬੜਾ ਦਮਦਾਰ ਆਵਾਜ਼ ਆ ਬਾਈ ਗਿੱਲ ਹਰਦੀਪ ਦੀ ਅਤੇ ਕਲਾਕਾਰਾਂ ਦੀ ਪਰਖ ਦੇ ਲਈ ਮਿਰਜਾ ਮੈਂ ਮਾਣ ਕਰਾਂ ਮੈਥੋਂ ਵੀ ਹੁਣ ਸ਼ਾਇਦ ਨਾ ਗਾਇਆ ਜਾਵੇ ਰੱਖੋ ਜੀ ਦੂਜਾ ਸਕੇਲ ਅਤੇ ਮਿਰਜਾ ਗਾ ਕੇ ਆਗਿਆ ਚਾਹਾਂਗੇ ਸਾਡੇ ਭਰਾ ਬੈਠੇ ਨੇ ਗਾਉਣ ਵਾਲੇ ਉਹਨਾਂ ਨੇ ਇੱਕ ਦੋ ਗਾਣੇ ਗਾਉਣੇ ਹਾਂਜੀ 1 2 3 4
ਪਰ ਕੀ ਜੱਟਾਂ ਅੱਖ ਲੱਗ ਮਨ ਮੇਰੀਆਂ ਹਾਂ ਮੇਰੀਆਂ ਕੋਲੀ ਮੋੜਤਾ ਵੇਲੇ ਪੰਨ ਵੇ ਤੁਸੀਂ ਵੀ ਬਾਈ ਦਿਲਬਾਗ ਜੀ ਆ ਜਾਓ, ਦੋ ਬੋਲ ਬੋਲੋ ਤੁਸੀਂ। ਤੁਹਾਡੇ ਗਾਣੇ ਸੁਣੇ ਕੱਢ ਕੇ ਯੂਟਿਊਬ 'ਤੇ, ਬਹੁਤ ਹੀ ਵਧੀਆ ਬੁਲੰਦਬਾਜ਼ ਸੀ ਬਾਈ ਦੀ। ਲਓ ਜੀ, ਜਾਂਦੇ ਜਾਂਦੇ ਆਪਣਾ ਦੋ ਬੋਲੀਆਂ ਪਾ ਦਈਏ ਨਾ। ਸਾਡੇ ਭਰਾ ਬੈਠੇ ਜਿਹਨੇ ਗਾਉਣਾ ਚਾਹੀਦਾ, ਗਾਉਣਾ ਮੁੰਡੇ ਅਸੀਂ ਗਾਈਏ ਹਲੇ ਹੋਰ। ਅੱਛਾ, ਮੈਂ ਕਿਹਾ ਕਬੱਡੀ ਦੇ ਮੈਚ ਵੀ ਹੋਣੇ ਕਈ ਵਾਰ ਉਧਰ ਨਾ ਲੇਟ ਹੋ ਜਾਣ, ਹੋਣੇ ਮੈਚ। ਹਾਂ ਹਾਂ ਬਾਬਾ ਰੱਖ ਲਾ ਤੀਜੇ ਤੀਜੇ। ਖਾ ਕੇ ਨਾਕਣੀ ਬਲੈਕ ਮੁੰਡੇ ਘੁੰਮਦੇ ਨੇ ਮੇਰੇ ਤੇ ਬਣਵਾ। ਵਨ ਟੂ ਥ੍ਰੀ ਫੋਰ
ਤਿੱਤ ਪੰਡ ਮੁਖ ਤੇਰੇ ਚੰਨ ਦਾ ਨੀ ਬੈਂਸ ਬੈਂਸ ਅੱਖ ਦਿਲ ਮੇਰਾ ਵੀ ਮੰਨਦਾ ਜੀ। ਥੈਂਕ ਯੂ ਬਹੁਤ ਸਾਰਾ ਮਾਨ।